सत श्री अकाल लोकराणा पंजाबी देख रहे सारे दर्शकों का स्वागत। मैं गुरजिंदर सिंह पंगू ते मेरे नाल सीनियर पत्रकार परमिंदर सिंह रायपुर। परमिंदर जी वेलकम। शुक्रिया गुरजिंदर जी, सत श्री अकाल जी सारिआं नूं। जी वैसे तो परमिंदर जी हाल जाम लगता कि RSS का सारे देश से कब्जा हो गया, विरोधी धिर आह गल कहिंदियां ने। दूजे पासे RSS कहिंदी कि असी तो जो साढ़े अपनी पॉलिसियां धर्म के साढ़े अपने जो कायदे कानून ने असी वह लोगों च लैके जाने। हुण कांग्रेस पार्टी सैकुलर पार्टी होण दा दावा करती है कि असी धर्मां दी राजनीति नहीं असी करते हैं, मुद्दे की असी गल करते हैं। राहुल गांधी बीते कल प्रैस कॉन्फ्रेंस करते हैं, उहदे च कहिंदे ने कि जिहड़ियां देश दीआं वड्डीआं संस्थावां सी जिन्हां ने निजी तौर पर लोगों के नाल विचरना सी सरकारां तों उपर उठ के, उन्हां संस्थावां दे उत्ते RSS काबज हो गई। बिना शक आपां इह कह सकदे हां कि सारिआं वल्लों इदां दे दोष लगदे हैं, चाहे वह कोई धार्मिक संस्थावां ने हो जी जिहड़ियां हिंदू मत तों परे हो के ने, कोई इस तरह के मत ने संस्थावां ने धर्म दे लोक ने नुमाइंदे ने जी, वह ਭਾਵੇਂ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀਆਂ ਨੇ ਕਿਤੇ ਨਾ ਕਿਤੇ RSS ਜਾਂ ਵਿਸ਼ਵ ਹਿੰਦੂ ਪਰਿਸ਼ਦ ਵਰਗੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਮੰਨਦੇ ਆ ਕਿ ਨਾ ਇਹ ਵੱਡੇ ਪੱਧਰ ਉੱਤੇ ਕੰਮ ਕਰ ਰਹੇ ਨੇ ਔਰ ਵੱਡੇ ਪੱਧਰ ਉੱਤੇ ਇਹਨਾਂ ਦਾ ਗਲਬਾ ਜਿਹੜਾ ਹੈ ਉਹ ਫੈਲ ਚੁੱਕਿਆ ਹੈ। ਇਹਨਾਂ ਨੇ ਆਪਣੇ ਆਪਾਂ ਕਹਿ ਲਓ ਕਿ ਗ੍ਰਿਫਤ 'ਚ ਲੈ ਲਿਆ ਹੈਗਾ, ਚਾਹੇ ਆਫਿਸਰ ਨੇ ਅਧਿਕਾਰੀ ਨੇ, ਚਾਹੇ ਪੋਲੀਟੀਕਲ ਪਾਰਟੀਆਂ ਨੇ, ਚਾਹੇ ਵੱਡੇ ਅਹੁਦਿਆਂ 'ਤੇ ਬੈਠੇ ਜਿਹੜੇ ਪੋਲੀਟੀਕਲ ਅਹੁਦਿਆਂ 'ਤੇ ਬੈਠੇ ਬੰਦੇ ਨੇ, ਉਹ ਇੱਥੋਂ ਤੱਕ ਕਿ ਕੋਰਟਾਂ ਤੱਕ ਨੂੰ ਵੀ ਕਿਹਾ ਜਾਂਦਾ, ਦੋਸ਼ ਲਾ ਦਿੰਦੇ ਕਿ ਕੋਰਟਾਂ ਦੇ ਵਿੱਚ ਵੀ ਇਹਨਾਂ ਦੀ ਦਖਲਅੰਦਾਜ਼ੀ ਹੋ ਰਹੀ ਹੈ ਕਿਤੇ ਨਾ ਕਿਤੇ ਜਾ ਕੇ, ਅਤੇ ਲੋਕ ਦੋਸ਼ ਤਾਂ ਲਾਈ ਜਾਂਦੇ ਆ। ਮੈਂ ਹੁਣ ਰਾਹੁਲ ਗਾਂਧੀ ਅੱਜ RSS ਨੂੰ ਕਹਿ ਰਹੇ ਕਿ RSS ਦਾ ਜਿਹੜਾ ਕਬਜ਼ਾ ਹੋ ਚੁੱਕਿਆ, ਜਾਂਚ ਏਜੰਸੀਆਂ ਇਹਨਾਂ ਦੇ ਕਬਜ਼ੇ ਹੇਠ ਆ ਚੁੱਕੀਆਂ ਨੇ। ਬਾਕੀ ਧਰਮ ਖਾਸ ਕਰ ਸਿੱਖ ਧਰਮ ਦੇ ਲੋਕ ਵੀ ਕਹਿੰਦੇ ਆ, ਆਪਾਂ ਦੇਖਿਆ ਕਿ ਬਾਦਲਾਂ ਨੂੰ RSS ਦਾ ਬੰਦਾ ਕਿਹਾ ਜਾਂਦਾ ਹੈ, ਜਥੇਦਾਰ ਨੂੰ ਕਿਹਾ ਜਾਂਦਾ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਹਿ ਦਿੱਤਾ ਜਾਂਦਾ। ਠੀਕ ਹੈ, ਹੁੰਦਾ ਹੋਊ, ਮੈਂ ਕਹਿੰਦਾ ਮੰਨ ਕੇ ਚੱਲੋ 100% ਹੈ, ਵੀ ਆਪਾਂ ਮੰਨ ਕੇ ਚੱਲ ਰਹੇ ਹਾਂ ਇਹ ਗੱਲ, ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਕਿੱਦਾਂ ਹੁੰਦਾ, ਕੋਈ ਇੱਦਾਂ ਦਾ ਸਬੂਤ ਤੁਸੀਂ ਕਹਿੰਦੇ ਹੋ ਅਸੀਂ ਮੰਨ ਲੈਂਦੇ ਹਾਂ, ਅਸੀਂ ਮੰਨਦੇ ਹਾਂ ਕਿ ਚਲੋ ਤੁਸੀਂ ਕਿਹਾ ਅਸੀਂ ਵੀ ਮੰਨ ਲਿਆ ਵੀ ਠੀਕ ਹੈ ਤੁਸੀਂ ਕਹਿੰਦੇ ਹੋ। ਪਰ ਇੱਕ ਗੱਲ ਮੈਂ ਇੱਥੇ ਕੁਐਸਚਨ ਇਹ ਖੜਾ ਹੁੰਦਾ ਨਾ, ਜੇ ਜੇ RSS ਕੰਮ ਕਰ ਰਹੀ ਹੈ ਤੁਸੀਂ ਕਿਉਂ ਨਹੀਂ ਕੀਤਾ? ਜੇ RSS ਪਿੱਛੇ ਰਹਿ ਕੇ ਸਾਹਮਣੇ ਨਾ ਆ ਕੇ ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ ਨੂੰ ਜਨਤਕ ਨਾ ਕਰਨੀ, ਆ ਤੁਸੀਂ ਮਤਲਬ ਰਾਹੁਲ ਗਾਂਧੀ ਨੂੰ ਕਹਿ ਰਹੇ ਹੋ ਕਿ ਉਹਨਾਂ ਨੇ ਫਿਰ ਕੰਮ ਕਿਉਂ ਨਹੀਂ ਕੀਤਾ? ਰਾਹੁਲ ਗਾਂਧੀ ਨੂੰ ਵੀ ਕਿਹਾ ਜਾ ਰਿਹਾ ਕਿਉਂਕਿ ਉੱਥੇ ਤਾਂ ਕਾਂਗਰਸ ਦਾ ਹਾਂ ਨਾ ਕਿ ਸੈਕੂਲਰ ਆ ਸੀ, ਅਸੀਂ ਧਰਮ ਦੀ ਰਾਜਨੀਤੀ ਕਿਉਂ ਕਰਾਂਗੇ? ਨਾ ਕਰੋ ਧਰਮ ਦੀ ਰਾਜਨੀਤੀ, ਤੁਹਾਨੂੰ ਕੌਣ ਕਹਿੰਦਾ ਧਰਮ ਦੀ ਰਾਜਨੀਤੀ ਕਰਨ ਨੂੰ? ਤੁਸੀਂ ਸੈਕੂਲਰ ਰਹਿ ਕੇ ਬਣਦੇ ਨਹੀਂ ਹੈਗੇ। ਜੇ ਬਾਕੀ ਸੰਸਥਾਵਾਂ ਦੇ ਉੱਪਰ ਉੱਪਰਲੇ ਜਿਹੜੇ ਸਿਖਰਲੇ ਆਪਾਂ ਕਹਿੰਦੇ ਬੰਦੇ ਨੇ, ਅਧਿਕਾਰੀ ਨੇ, ਅਫਸਰ ਨੇ, ਜਾਂ ਨੁਮਾਇੰਦੇ ਨੇ, ਚੇਅਰਮੈਨ ਨੇ, ਕੁਛ ਵੀ ਕਹਿ ਲਓ, ਕੋਈ ਪੋਲੀਟੀਕਲ ਪੋਸਟ 'ਤੇ ਹੈ, ਕੋਈ ਸਰਕਾਰੀ, ਕੋਈ ਗੈਰ ਸਰਕਾਰੀ ਕਿਸੇ ਦਾ, ਜੇ ਉਹਨਾਂ ਦੇ ਬੰਦੇ ਆਪਣੇ ਕਬਜ਼ਾ ਕਰ ਰਹੇ ਨੇ ਤਾਂ ਤੁਸੀਂ ਕਿਉਂ ਨਹੀਂ ਕਰ ਸਕੇ? ਆਪਾਂ ਮੈਂ ਸਿੱਖਾਂ ਨੂੰ ਵੀ ਪੁੱਛਦਾ ਇਹ ਗੱਲ, ਜਿਹੜੇ ਗੱਲ ਕਰਦੇ ਨੇ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ RSS ਨੇ ਆਪਣਾ, ਬਈ ਤੁਸੀਂ ਐਸੇ ਬੰਦੇ ਕਿਉਂ ਨਹੀਂ ਤਿਆਰ ਕਰ ਪਾਏ? ਸੱਤਾ ਨਹੀਂ ਅਗਲੇ ਦੇ ਹੱਥ ਆਈ, ਨਹੀਂ ਸੱਤਾ ਕਿਉਂ ਨਹੀਂ ਹੱਥ ਆਈ? ਕਾਂਗਰਸ ਦਲ ਕੋਲ ਕਦੋਂ ਸੱਤਾ ਨਹੀਂ ਸੀ? ਨਹੀਂ, ਜਦੋਂ ਕਾਂਗਰਸ ਸੀ, ਰਾਹੁਲ ਗਾਂਧੀ ਹੋਰੀ ਪਾਵਰ ਦੇ ਵਿੱਚ ਸੀ, ਉਦੋਂ ਫਿਰ ਵਿਰੋਧੀ ਵੀ ਇਹ ਇਲਜ਼ਾਮ ਲਾਉਂਦੇ ਸੀ ਕਿ ਜਿਹੜੀਆਂ ਸੰਸਥਾਵਾਂ ਨੇ ਕਾਂਗਰਸ ਪਾਰਟੀ ਦਾ ਘਾਣ ਕਰ ਰਹੀ, ਆਪਣੇ ਬੰਦੇ ਬਿਠਾ ਲਏ ਉਹਨਾਂ ਨੇ। ਹਾਂ, ਹੁਣ ਹੁਣ ਜਿਹੜਾ ਤੱਤ ਤੁਸੀਂ ਫੜ ਲਿਆ ਪੁਆਇੰਟ, ਇਹੀ ਮੈਂ ਆਉਣਾ ਕਹਿੰਦਾ, ਫਿਰ ਇਹ ਵੀ ਤਾਂ ਇਲਜ਼ਾਮ ਹੀ ਹੋ ਸਕਦੇ ਨੇ। ਜੇ ਅੱਜ ਬਾਹਰ ਰਹਿ ਕੇ ਰਾਹੁਲ ਗਾਂਧੀ ਜਾਂ ਕੋਈ ਹੋਰ ਬਾਹਰ ਹੋ ਕੇ ਕਹਿੰਦਾ ਕਿ RSS ਦਾ ਬੰਦਾ, ਚਾਹੇ ਸਿੱਖਾਂ ਦੇ ਵਿੱਚ ਕਹਿ ਦਿੰਦੇ ਆਪਾਂ, ਉਹ ਵੀ ਬਾਹਰ ਨੇ ਨਾ, ਸੱਤਾ ਤੋਂ ਬਾਹਰ ਨੇ, ਪ੍ਰਧਾਨਗੀਆਂ ਤੋਂ ਬਾਹਰ ਨੇ, ਏਦਾਂ ਹੀ ਰਾਹੁਲ ਬਾਹਰ ਹੈ, ਉਹ ਵੀ ਤਾਂ ਇਲਜ਼ਾਮ ਲਾ ਸਕਦਾ ਨਾ। ਗੱਲ ਉਹ ਨਹੀਂ, ਮੈਂ ਕਿਸੇ ਦਾ ਪੱਖ ਨਹੀਂ ਇੱਥੇ ਲੈ ਰਿਹਾ, ਗੱਲ ਸਮਝਣ ਵਾਲੀ ਹੈ ਕਿ ਜੇ ਤੁਸੀਂ ਇਲਜ਼ਾਮਾਂ ਤੱਕ ਰਹਿਣਾ ਫਿਰ ਤਾਂ ਇਲਜ਼ਾਮ ਹੋ ਸਕਦੇ ਨੇ, ਪਰ ਜੇ ਤੁਸੀਂ ਕਹੋ ਕਿ ਉਹਨਾਂ ਨੇ ਕਰ ਲਿਆ ਤਾਂ ਮੈਂ ਕਹਿੰਦਾ ਉਹਨਾਂ ਦਾ ਫਿਰ ਬਹੁਤ ਬਹੁਤ ਮਿਹਨਤ ਕਰ ਰਹੇ ਨੇ ਉਹ ਲੋਕ, ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਆਪਣੇ ਬੰਦੇ ਕਿਉਂ ਨਹੀਂ ਤੁਸੀਂ ਪੈਦਾ ਕਰ ਸਕੇ ਇਹੋ ਜਿਹੇ ਹੁਣ ਤੱਕ? ਜੇ ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ 'ਚ ਪੰਥਕ ਪਾਰਟੀ ਦੀ ਸਰਕਾਰ ਨਹੀਂ ਆਈ ਕਦੇ, ਦੱਸੋ ਜਿਹੜੇ ਜਵਾਬ ਦਿਓ। ਪਰ ਪੰਥਕ ਨਾਲ ਅਲਾਇੰਸ ਵੀ ਤਾਂ ਹੁੰਦਾ ਸੀ BJP ਦਾ, BJP ਦਾ RSS ਦਾ ਕਿੱਡ ਰਹੇ ਹੋ? ਨਹੀਂ ਨਹੀਂ, BJP ਪਾਵਰ 'ਚ ਕਿੱਥੇ ਸੀ ਜਦੋਂ ਅਲਾਇੰਸ ਸੀਗਾ?
ਉਦੋਂ ਵੀ ਬੀਜੇਪੀ ਪਾਵਰ 'ਚ ਸੀ। ਨਹੀਂ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਆਪਾਂ ਵੀ ਪੰਜਾਬ ਦੇ, ਤੁਸੀਂ ਕਹਿ ਕੇ ਵੀ ਆਪਾਂ ਪੰਥਕ ਰਾਜਨੀਤੀ ਦੀ ਗੱਲ ਕਰ ਦਾਂਗੇ। ਪੰਥਕ ਰਾਜਨੀਤੀ ਤਾਂ ਪੰਜਾਬ ਤੱਕ ਹੈ, ਪੰਜਾਬ ਤੱਕ ਹੀ ਕਾਬਜ਼ ਹੋਣਾ ਉਹਨੇ। ਜਦੋਂ ਪੰਥਕ ਰਾਜਨੀਤੀ ਨਾਲ ਚੱਲ ਰਹੀ ਸੀ ਅਤੇ ਨਾਲ ਫਿਰ ਉਹਦੇ ਹਿੰਦੂਤਵ ਦੀ ਰਾਜਨੀਤੀ ਵੀ ਸੀ ਨਾ ਬੀਜੇਪੀ ਦੀ, ਤਾਂ ਜਿੱਥੇ ਪੰਥਕ ਕਾਬਜ਼ ਹੁੰਦੀ ਸੀ ਉੱਥੇ ਤਾਂ ਫਿਰ ਆਪਣਾ ਬੀਜੇਪੀ ਤਾਂ ਨਾਲ ਜਾਊਗੀ। ਉਹ ਜੇ ਬੀਜੇਪੀ ਤੋਂ ਬਿਨਾਂ, ਜਾਂ ਤਾਂ ਫਿਰ ਇਹ ਗੱਲ ਮੰਨੋ ਕਿ ਬੀਜੇਪੀ ਤੋਂ ਬਿਨਾਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਸਰਕਾਰ ਨਹੀਂ ਬਣਦੀ ਸੀ। ਨਹੀਂ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਇਹ ਗੱਲ ਕਹਿੰਦਾ ਨਾ ਕਿ ਅਸੀਂ ਸਰਕਾਰ ਬਣਾਉਣ ਦੇ ਲਈ ਅਲਾਇੰਸ ਨਹੀਂ ਸੀ ਕਰਦੇ, ਪੰਜਾਬ ਦੇ ਹਾਲਾਤ ਖਰਾਬ ਸੀ, ਅਸੀਂ ਚਾਹੁੰਦੇ ਸੀ ਪੰਜਾਬ ਦੇ ਵਿੱਚ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮਿਲ ਕੇ ਰਹੇ, ਇਸ ਕਰਕੇ ਅਸੀਂ ਅਲਾਇੰਸ ਕਰ ਲਿਆ। ਕੀ ਆਰਐਸਐਸ ਇਹ ਕਦੇ ਕਹਿੰਦੀ ਹੈ? ਮੋਹਨ ਭਾਗਵਤ ਦੇ ਬਿਆਨ ਸੁਣੇ ਨੇ, ਉਹ ਤਾਂ ਕਹਿੰਦੇ ਨੇ ਹਾਂ ਅਸੀਂ ਹਿੰਦੁਸਤਾਨ ਨੂੰ ਜਿਹੜਾ ਹੈਗਾ ਇੱਕ ਹਿੰਦੂਤਵ ਏਜੰਡੇ ਵੱਲ ਲੈ ਕੇ ਜਾ ਰਹੇ ਹਾਂ, 22 ਤੱਕ ਅਸੀਂ ਸਭ ਕਰ ਦਾਂਗੇ। ਨਹੀਂ ਇਹ ਕਦੇ ਕਿਹਾ ਕਿ ਅਸੀਂ ਮੁਸਲਮਾਨਾਂ ਨੂੰ ਨਹੀਂ ਐਂ ਕਰਦੇ, ਮੁਸਲਮਾਨਾਂ ਨੂੰ ਅਸੀਂ ਐਂ ਕਰਦਾਂਗੇ, ਸਿੱਖਾਂ ਨੂੰ ਐਂ ਕਰਦਾਂਗੇ। ਛੋਟੀ ਧਿਰ ਹੀ ਸਦਾ ਕਹਿੰਦੀ ਹੁੰਦੀ ਹੈ, ਵੱਡੀ ਧਿਰ ਕਿਉਂ ਕਹੂਗੀ? ਵੱਡੀ ਧਿਰ ਨਹੀਂ, ਉਹਨਾਂ ਨੂੰ ਪਤਾ ਹੈ ਨਾ ਵੀ ਸਾਨੂੰ ਜੇ ਸਾਡੀ ਪਾਵਰ ਹੈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਅਸੀਂ ਕਿਉਂ ਵਿਵਾਦਾਂ 'ਚ ਪਈਏ? ਉਹਨਾਂ ਨੂੰ ਪਤਾ ਸਾਨੂੰ ਲੋੜ ਨਹੀਂ ਹੈਗੀ, ਇਹਨਾਂ ਨੂੰ ਹੈ ਕਿ ਸਾਨੂੰ ਵੱਡਿਆਂ ਦੀ ਲੋੜ ਹੈ। ਵੱਡਿਆਂ ਦੀ ਲੋੜ ਸਾਨੂੰ ਸਾਰਿਆਂ ਦੀ ਲੋੜ ਹੈਗੀ ਹੈ। ਜੇ ਇਹ ਕਹਿਣ ਪੰਥਕ ਅਕਾਲੀ ਦਲ ਕਹਾਉਣ ਵਾਲੇ, ਪੰਥਕ ਕਹਾਉਣ ਵਾਲੇ ਲੋਕ ਜੇ ਇਹ ਗੱਲ ਕਰਦੇ ਨੇ ਕਿ ਅਸੀਂ ਛੋਟੇ ਹਾਂ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਛੋਟੇ ਨਹੀਂ ਹੈਗੇ ਇਹ, ਜੇ ਇਹ ਪੰਜਾਬ 'ਚ ਨਹੀਂ, ਇਹ ਆਪਣੇ ਆਪ ਨੂੰ ਪੰਥਕ ਨਹੀਂ ਨਾ ਵੋਟ ਦੇ ਰੂਪ 'ਚ ਦੇਖਦੇ ਨੇ। ਮੈਂ ਉਹੀ ਗੱਲ ਕਰ ਰਿਹਾ, ਜੇ ਜਿਹੜੀ ਗੱਲ ਤੁਸੀਂ ਪਹਿਲਾਂ ਕਰ ਦਿੰਦੇ ਹੋ, ਉੱਥੇ ਆਉਣਾ ਚਾਹ ਰਿਹਾ ਵੀ ਜਾਂ ਤਾਂ ਉਹ ਲੋਕ ਵਿਕੇ ਹੋਏ ਨੇ, ਆਰਐਸਐਸ ਵਿਕਿਆ ਨਹੀਂ ਹੋਇਆ, ਉਹ ਆਪਣੇ ਏਜੰਡੇ 'ਤੇ ਕੰਮ ਕਰ ਰਹੇ ਹੈ, ਇਹਦਾ ਮਤਲਬ ਮਿਹਨਤ ਕਰ ਰਿਹਾ ਉਹ। ਫਿਰ ਬਾਕੀ ਲੋਕ ਵਿਕੇ ਹੋਏ ਨੇ, ਬਾਕੀ ਲੋਕ ਏਜੰਡਾ ਛੱਡ ਰਹੇ ਨੇ, ਆਪਣਾ ਦੇਖਦੇ ਨੇ, ਨਿੱਜ ਦੇਖ ਰਹੇ ਨੇ ਕਿ ਮੈਂ ਕੁਰਸੀ 'ਤੇ ਬੈਠਾ ਮੈਂ ਕੀ ਲੈਣਾ, ਮੈਂ ਕਿਸੇ ਪੰਥ ਤੋਂ ਮੈਂ ਕੀ ਲੈਣਾ, ਕਿਸੇ ਹੋਰ ਜਾਤ ਧਰਮ ਜਿਹੜੀ ਜਿਹਨਾਂ ਦਾ ਰੌਲਾ ਪਾਉਂਦੇ ਉਹਨਾਂ ਤੋਂ ਮੈਂ ਕੀ ਲੈਣਾ। ਜੇ ਸੈਕੂਲਰ ਹੋਣ ਦਾ ਢੌਂਗ ਰਚ ਕੇ ਅਸੀਂ ਸੱਤਾ ਜਾਂਦੇ ਹਾਂ, ਆ ਜਾਈਏ ਦੇਖਣਾ ਅਸੀਂ ਨਿੱਜਾ। ਠੀਕ ਹੈ, ਜੇ ਤੁਸੀਂ ਅੱਜ ਇੱਕ ਏਡਾਂ ਦੀ ਲੋਬੀ ਤਿਆਰ ਕਰੀ ਹੁੰਦੀ ਜਿਹੜੀ ਇਮਾਨਦਾਰੀ ਨਾਲ ਕੰਮ ਕਰਦੀ, ਜੇ ਅੱਜ ਕਾਂਗਰਸ ਨੇ, ਕਾਂਗਰਸ ਤਾਂ ਪਹਿਲੀ ਵਾਰ ਸੱਤਾ ਤੋਂ ਸੱਤਾ 'ਚ ਆਈ ਸੀ, ਜਾਂ ਮੁੜ ਕੇ ਪਹਿਲਾਂ ਕਦੇ ਆਈ ਨਹੀਂ ਸੀ, ਇੱਕ ਵਾਰ ਸੱਤਾ 'ਚ ਰਹੀ ਹੈ, ਪੀੜ੍ਹੀ ਦਰ ਪੀੜ੍ਹੀ ਸੱਤਾ ਭੋਗੀ ਹੈ, ਕਬਜ਼ਾ ਕਿਹਦਾ ਰਿਹਾ ਕਾਂਗਰਸ 'ਤੇ? ਇਸ ਪਰਿਵਾਰ ਦਾ ਹੀ ਰਿਹਾ, ਰਾਹੁਲ ਪਰਿਵਾਰ ਦਾ, ਰਣਜੀਤ ਪਰਿਵਾਰ ਦਾ, ਗਾਂਧੀ ਪਰਿਵਾਰ ਦਾ ਕਹਿ ਲਓ। ਅਤੇ ਇਹਨਾਂ ਨੇ ਕਿ ਹੁਣ ਤੱਕ ਇਹੋ ਜਿਹੀ ਲੋਬੀ ਕਿਉਂ ਨਹੀਂ ਤਿਆਰ ਕਰੀ, ਕਿਉਂ ਨਹੀਂ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਇਮਾਨਦਾਰ ਪੈਦਾ ਕੀਤੇ ਜਿਹੜੇ ਅੱਜ ਵੀ ਇਮਾਨਦਾਰ ਨਾਲ ਕਰ? ਇਹਦਾ ਮਤਲਬ ਇਹਨਾਂ ਨੇ ਵੀ ਗਲਤ ਕੰਮ ਕਰਵਾਏ ਹੋਣਗੇ ਨਾ, ਬੇਈਮਾਨੀ ਕੀਤੀ ਹੋਊ, ਭ੍ਰਿਸ਼ਟਾਚਾਰ ਕੀਤਾ ਹੋਊ, ਖੁੱਲ੍ਹ ਦਿੱਤੀ ਹੋਊ, ਉਹੀ ਅੱਜ ਉਹਨਾਂ ਨੇ ਦਿੱਤੀ, ਅੱਜ ਉਹਨਾਂ ਦੇ ਪੱਖ 'ਚ ਭੁਗਤ ਰਹੇ ਨੇ ਅਗਲੇ। ਠੀਕ ਹੈ, ਉਹ ਗੱਲ ਅੱਜ ਬਿਆਨਬਾਜ਼ੀ ਹੋ ਸਕਦੀ ਹੈ। ਮੈਂ ਕਹਿੰਦਾ ਕਿ ਆਰਐਸਐਸ ਆਪਣੇ ਏਜੰਡੇ 'ਤੇ ਫੋਕਸ ਕਰਦੀ ਹੈ, ਬਾਕੀ ਏਜੰਡੇ 'ਤੇ ਫੋਕਸ ਨਹੀਂ ਕਰਦੇ, ਜਿਹਦੇ ਕਰਕੇ ਖਤਾ ਖਾ ਰਹੇ ਨੇ। ਠੀਕ ਹੈ, ਸਾਡੇ ਅਕਾਲੀ ਦਲ ਪੰਜਾਬ ਦੇ ਵਿੱਚ ਵੀ ਇਹ ਗੱਲ ਹੋਣੀ ਹੈ, ਪੰਜਾਬ ਦੇ ਵਿੱਚ ਵੀ ਤੁਸੀਂ ਆਰਐਸਐਸ ਨੇ ਜਥੇਦਾਰ ਲਾਤਾ ਜੀ, ਵੀ ਤੁਸੀਂ ਕੀ ਕਰਦੇ ਹੋ, ਤੁਸੀਂ ਚੌਧਰਾਂ ਲਈ ਬੈਠੇ ਹੋ? ਅੱਜ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਪੁੱਛਿਆ ਜਾਵੇ, ਉਹ ਕਹਿੰਦੇ ਨੇ ਜੀ ਬਾਦਲ ਦੇ ਪਰਿਵਾਰ 'ਚੋਂ ਨਿਕਲਿਆ ਆ, ਲਫਾਫੇ 'ਚੋਂ ਪ੍ਰਧਾਨ, ਤੁਸੀਂ ਕੀ ਕਰਦੇ ਹੋ ਬਈ? ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ, ਤੁਸੀਂ ਕੀ ਕੀਤਾ? ਤੁਸੀਂ ਇਕੱਠੇ ਹੋਏ ਕਦੇ? ਲਾਤਾ ਜੀ ਜਥੇਦਾਰ, ਬਾਦਲ ਪਰਿਵਾਰ ਕੌਣ ਹੁੰਦਾ ਜਿੱਥੇ ਲਾਉਣ ਵਾਲਾ? ਤੁਸੀਂ ਕਦੇ ਕੀਤਾ ਉਹਦੇ ਖਿਲਾਫ? ਗਏ ਹੋ ਤੁਸੀਂ? ਤੁਸੀਂ ਖੜੇ ਹੋਏ ਹੋ ਕਦੇ? ਇਹਦਾ ਮਤਲਬ ਤੁਸੀਂ ਤੁਸੀਂ ਆਪ ਕੁਰਸੀ ਲਈ ਵਿਕੇ ਹੋਏ ਹੋ ਬਾਈ। ਆਰਐਸਐਸ ਜਿੱਥੇ ਜ਼ੋਰ ਚੱਲਦਾ ਚਲਾ ਲਿਆ ਅਗਲਿਆਂ ਨੇ ਸਾਰੇ ਕਿਤੇ। ਦੇਖੋ ਇੱਕ ਇੱਕ ਪਾਵਰ ਆਪਾਂ ਕਹਿ ਦਿੰਦੇ ਵੀ ਪਿੱਛੇ ਪਾਵਰ ਹੈ, ਪਾਵਰ ਤਾਂ ਹੁਣ ਮੋਦੀ ਕੋਲ ਵੀ ਸੀ ਜਦੋਂ 3 ਖੇਤੀ ਕਾਨੂੰਨ ਕੀਤੇ ਹੈ ਲਾਗੂ, ਜਦੋਂ ਅਮਲ 'ਚ ਲਿਆਂਦੇ ਹੈ, ਪਾਵਰ ਤੋਂ ਬਿਨਾਂ ਥੋੜ੍ਹੀ ਲਿਆਂਦੇ ਸੀਗੇ। ਅਤੇ ਜੇ ਹਜੂਮ ਆਇਆ ਨਿਕਲ ਗਏ ਤਾਂ ਪਾਵਰ ਖਤਮ ਕਰਤੀ ਅਗਲੇ ਨੇ, ਸਰਕਾਰ ਸੀ ਸੈਂਟਰ ਦੇ ਵਿੱਚ ਸੀ, ਦਿੱਲੀ ਦੇ ਵਿੱਚ ਜਾ ਕੇ ਧਰਨਾ ਲੱਗਿਆ। ਪਰ ਹਰ ਵਾਰ ਲੋਕ ਮਰ ਵੀ ਨਹੀਂ ਸਕਦੇ ਨਾ, ਹੁਣ ਮਤਲਬ ਗੱਲ ਗੱਲ ਦੇ ਉੱਤੇ ਜੇਕਰ ਆਪਾਂ ਕਹੀਏ ਜੀ, ਨਹੀਂ ਹਰ ਗੱਲ 'ਤੇ ਸੰਘਰਸ਼ ਨਹੀਂ ਨਾ ਹੁੰਦਾ, ਗੱਲ ਤਾਂ ਹੁਣ ਪੁਰਾਣੀ ਲੈ ਕੇ ਉਹਨਾਂ ਨੇ ਲੰਮਾ ਸਮਾਂ ਹੋ ਗਿਆ ਨਾ ਇਸ ਗੱਲ ਨੂੰ, ਆਰਐਸਐਸ ਨੇ ਕਿਤੇ ਅੱਜ ਹੀ ਗੱਲਬਾਤ ਆਪਣਾ ਬਣਾ ਲਿਆ। ਨਹੀਂ ਆਰਐਸਐਸ ਤਾਂ ਕਾਂਗਰਸ ਦੇ ਨਾਲ ਆਜ਼ਾਦੀ ਤੋਂ ਪਹਿਲਾਂ ਦੀ ਚੱਲ ਰਹੀ ਹੈ, ਇੱਕ ਗੱਲ ਇਹ ਵੀ ਹੈਗੀ ਹੈ, ਅੱਜ ਹੀ ਕਿਤੇ ਕਬਜ਼ਾ ਕਰ ਲਿਆ, ਲੰਮੇ ਸਮੇਂ ਤੋਂ ਨੀਤੀ ਦਰ ਨੀਤੀ ਕਦਮ ਦਰ ਕਦਮ ਕਹਿ ਲਓ ਕੰਮ ਕਰਦੀ ਆਈ ਹੈ ਨਾ, ਨੀਤੀਆਂ ਬਣਾਉਂਦੀ ਆਈ, ਬੰਦੇ ਲੈਂਦੀ ਰਹੀ, ਪੱਟਦੀ ਰਹੀ, ਨਾਲ ਜੋੜਦੀ ਰਹੀ, ਕੁਛ ਨਾ ਕੁਛ ਤਾਂ ਕਰਦੀ ਰਹੀ, ਆਹ ਗੱਲ ਇਹਨਾਂ ਨੇ ਕਿਉਂ ਨਹੀਂ ਕੀਤੀ? ਜੇ ਆਪ ਇਮਾਨਦਾਰ ਬੰਦੇ ਹੋਣ ਦਾ ਢੌਂਗ ਰਚਦੇ ਨੇ ਜਾਂ ਕਹਿੰਦੇ ਨੇ ਜਾਂ ਹੋਣਗੇ ਵੀ, ਆਪਾਂ ਕਿਸੇ ਨੂੰ ਕੀ ਸਰਟੀਫਿਕੇਟ ਦੇਣਾ ਹੈ, ਹੋਣਗੇ ਹੀ ਜੇ ਇਮਾਨਦਾਰ ਹੈਗੇ ਨੇ, ਤਾਂ ਇਮਾਨਦਾਰੀ ਦੀ ਲੋਬੀ ਕਿਉਂ ਨਹੀਂ ਤਿਆਰ ਹੋਈ ਹੁਣ ਤੱਕ ਦੇਸ਼ ਦੇ ਵਿੱਚ? ਕੀ ਕੋਰਟਾਂ ਤੋਂ ਲੈ ਕੇ ਕੀ ਥੱਲੇ ਤੱਕ ਸਾਰੇ ਕਿਤੇ ਭ੍ਰਿਸ਼ਟ ਲੋਕ ਬੈਠੇ ਨੇ।
ਜੀ ਸਾਰੇ ਕਿਤੇ ਆਰਐਸਐਸ ਦੇ ਬੰਦੇ ਬੈਠੇ ਨੇ ਫਿਰ ਇਹਦਾ ਮਤਲਬ ਨਾ ਫਿਰ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਕਦੇ ਦੇਖ ਦਖਲਅੰਦਾਜ਼ੀ ਨਹੀਂ ਕੀਤੀ ਇਹਨਾਂ ਨੂੰ ਨਹੀਂ ਸੀ ਪਤਾ ਜਾਂ ਹੰਕਾਰ ਐਡਾ ਸੀਗਾ ਕਿ ਅਸੀਂ ਤਾਂ ਸੱਤਾ 'ਚ ਰਹਿਣਾ ਸਾਨੂੰ ਕੋਈ ਥੱਲੇ ਲਾਉਣ ਵਾਲਾ ਹੀ ਨਹੀਂ ਹੈ ਠੀਕ ਹੈ ਅੱਜ ਜਾ ਕੇ ਦੋਸ਼ ਦੇਈ ਜਾਓ ਠੀਕ ਹੈ ਹੋਊਗਾ ਅਗਲਾ ਅਸੀਂ ਨਹੀਂ ਕਹਿੰਦੇ ਨਹੀਂ ਹੈ ਹੈਗਾ ਅਗਲਿਆਂ ਨੇ ਕਾਇਮ ਕੀਤਾ ਬਈ ਤੁਸੀਂ ਵੀ ਤੁਹਾਡੇ ਕੋਲ ਵੀ ਸੱਤਾ ਸੀਗੀ ਤੁਸੀਂ ਕਾਇਮ ਕਰਦੇ ਅੱਜ ਪੰਜਾਬ ਦੇ ਵਿੱਚ ਪੰਥਕ ਏਜੰਡਾ ਹੁੰਦਾ ਕੋਈ ਸਰਕਾਰ ਨੂੰ ਹਟਾਉਣ ਵਾਲਾ ਕੌਣ ਸੀ ਜੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕਰਨ ਵਾਲਾ ਦੱਸੋ ਕਿਹੜੀ ਪਾਰਟੀ ਸੀ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਕਰ ਦਿੰਦੀ ਬਾਹਰ ਏਜੰਡੇ ਤੋਂ ਭਟਕੇ ਹੈ ਏਜੰਡਾ ਕੀ ਰੱਖ ਲਿਆ ਕੁਰਸੀ ਮੈਨੂੰ ਮਿਲ ਜੇ ਮੇਰੇ ਪੁੱਤ ਨੂੰ ਮਿਲ ਜੇ ਭਤੀਜੇ ਨੂੰ ਮਿਲ ਜੇ ਸਾਲੇ ਨੂੰ ਮਿਲ ਜੇ ਵੋਟਾਂ 'ਚ ਖੜੇ ਕੁਰਸੀ ਕਰਕੇ ਹੁੰਦੇ ਆ ਹਾਂਜੀ ਕੁਰਸੀ ਕਰਕੇ ਖੜਦੇ ਨੇ ਵੋਟਾਂ 'ਚ ਮੈਂ ਉਹੀ ਗੱਲ ਕਰਦਾ ਏਜੰਡਾ ਖਤਮ ਕਰ ਲਿਆ ਨਾ ਨਿੱਜ ਲਿਆਂਦਾ ਅੱਗੇ ਆਪਣਾ ਮੇਰਾ ਸਾਰਾ ਕੁਛ ਇਹਨਾਂ ਦਾ ਬੱਸ ਨਹੀਂ ਚੱਲਦਾ ਜਾਂ ਬੰਦੇ ਨਹੀਂ ਹੋਣੇ ਇਹਨਾਂ ਕੋਲ ਨਹੀਂ ਤਾਂ ਸਾਰੀਆਂ ਸੀਟਾਂ ਆਪਣੇ ਬੰਦਿਆਂ ਨੂੰ ਨਿਫਾ ਦੇਣ ਪਰਿਵਾਰ ਦਿਆਂ ਨੂੰ ਠੀਕ ਹੈ ਗੱਲ ਉਹ ਗੱਲ ਹੈ ਵੀ ਜਦੋਂ ਤੁਸੀਂ ਨਿੱਜ 'ਤੇ ਆ ਜਾਓਗੇ ਨਾ ਜਦੋਂ ਜਨਤਾ ਦੇ ਲੋਕਾਂ ਦੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਸ਼੍ਰੋਮਣੀ ਕਮੇਟੀ ਵੀ ਇਹ ਗੱਲ ਕਹਿੰਦੇ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੱਲ੍ਹ ਬੋਲੇ ਨੇ ਉਹ ਕਹਿੰਦੇ ਨੇ ਕਿ ਅਸੀਂ ਧਰਮ ਪ੍ਰਚਾਰ ਦੇ ਨਾਲ ਨਾਲ ਅਸੀਂ ਸਿੱਖਿਅਤ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦਾ ਅਸੀਂ ਕੰਮ ਕਰਾਂਗੇ ਹੁਣ ਦਿੱਲੀ ਕਮੇਟੀ ਦਾ ਅਤੇ ਇਹਨਾਂ ਦਾ ਆਪਣੀ ਪੰਜਾਬ ਵਾਲੀ ਕਮੇਟੀ ਦਾ ਆਪਸੀ ਰੌਲਾ ਦਿੱਲੀ ਕਮੇਟੀ ਕਹਿੰਦੀ ਕਿ ਅਸੀਂ ਵੀ ਪੰਜਾਬ ਦੇ ਵਿੱਚ ਅਸੀਂ ਵੀ ਧਰਮ ਪ੍ਰਚਾਰ ਦਾ ਕੰਮ ਕਰਾਂਗੇ ਇਹ ਕਹਿੰਦੇ ਕਿ ਅਸੀਂ ਧਰਮ ਪ੍ਰਚਾਰ ਦੇ ਨਾਲ ਨਾਲ ਅਸੀਂ ਸਿੱਖਿਅਤ ਕਰਾਂਗੇ ਲੋਕਾਂ ਨੂੰ ਨਹੀਂ ਉਹ ਬਿਆਨ ਤੁਸੀਂ ਸੁਣਿਆ ਪੜ੍ਹਿਆ ਹੋਊਗਾ ਜੀ ਕੋਈ ਦੱਸਿਆ ਤਰੀਕਾ ਕੀ ਕਰਨਾ ਅੱਜ ਹੁਣ ਹੁਣ ਜੇ ਤੁਸੀਂ ਇਹਨਾਂ ਨੂੰ ਕੁਐਸਚਨ ਕਰ ਲਓ ਇਹਨਾਂ ਨੇ ਕਹਿ ਦੇਣਾ ਦੇਖੋ ਜੀ ਸ਼੍ਰੋਮਣੀ ਕਮੇਟੀ ਦੇ ਬਜਟ 'ਚੋਂ ਇੰਨੇ ਕਰੋੜ ਰੁਪਏ ਜਾਂਦਾ ਤਨਖਾਹਾਂ ਦਾ ਪ੍ਰੋਫੈਸਰ ਕਾਲਜ ਸਕੂਲ ਚੱਲ ਰਹੇ ਨੇ ਜਿਹੜੇ ਅਤੇ ਸਾਡੇ ਕੋਲ ਤਾਂ ਪਹਿਲਾਂ ਹੀ ਘਾਟੇ 'ਚ ਹੈ ਤੁਸੀਂ ਬਜਟ ਤਾਂ ਤੁਸੀਂ ਘਾਟੇ 'ਚ ਸ਼ੋਅ ਕਰ ਰਹੇ ਹੋ ਉਹਦੇ ਵਾਲਾ ਤਨਖਾਹਾਂ ਵਾਲਾ ਜਾਂ ਖਰਚਿਆਂ ਵਾਲਾ ਜਿਹੜੇ ਕਾਲਜਾਂ ਸਕੂਲਾਂ 'ਤੇ ਖਰਚਦੇ ਹੋ ਚਾਹੀਦਾ ਕੁਛ ਚਾਹੀਦਾ ਹੈਗਾ ਤੁਹਾਡੇ ਕੋਲ ਕੁਛ ਹੈ ਠੀਕ ਹੈ ਉਹਦੇ ਵਿੱਚ ਘਾਟਾ ਹੈ ਕੋਈ 20-50 ਕਰੋੜ ਰੁਪਏ ਦਾ ਘਾਟਾ ਪਹਿਲਾਂ ਹੀ ਸ਼ੋਅ ਹੋ ਰਿਹਾ ਅਤੇ ਉਹ ਤੁਸੀਂ ਕਿਵੇਂ ਪੂਰਾ ਕਰੋਗੇ ਨਵੀਆਂ ਨੀਤੀਆਂ ਕੀ ਬਣਾਓਗੇ ਤੁਸੀਂ ਠੀਕ ਹੈ ਨਵੀਂ ਨੀਤੀ ਬਣਾਉਣੀ ਸੀ ਨਾ ਪਹਿ ਗੱਲ ਉਹੀ ਹੈ ਅੱਜ ਤਾਂ ਸੱਤਾ ਤੋਂ ਬਾਹਰ ਹੋ ਕੇ ਸਾਰਾ ਕੁਛ ਯਾਦ ਆ ਰਿਹਾ ਤਾਂ ਅੱਜ ਤਾਂ ਹਰਸਿਮਰਤ ਕੌਰ ਬਾਦਲ ਨੂੰ ਵੀ ਗੁਰਮੁਖੀ ਯਾਦ ਆ ਗਈ ਵੀ ਭਾਸ਼ਾ ਹੈ ਗੁਰਮੁਖੀ ਭਾਸ਼ਾ ਦੱਸੀ ਜਿੱਥੇ ਗੁਰੂ ਲੱਗ ਗਿਆ ਠੀਕ ਹੈ ਗੁਰ ਦਾ ਨਾਮ ਆ ਗਿਆ ਕਹਿੰਦੇ ਉਹ ਏਜੰਡਾ ਚੱਕ ਲਓ ਉਹ ਏਜੰਡਾ ਬਣਾ ਲਓ ਉਹਨੂੰ ਮੁੱਦਾ ਬਣਾ ਲਓ ਉਹਨੂੰ ਉਹ ਗੁਰਮੁਖੀ ਨੂੰ ਇਹ ਭਾਸ਼ਾ ਦੱਸੀ ਜਾਂਦੇ ਆ ਚਲੋ ਖੈਰ ਇਹ ਇਹਨਾਂ ਦਾ ਇੱਕ ਇਹ ਸੱਤਾ ਹਾਸਲ ਕਰਨ ਦੇ ਲਈ ਪੈਰ ਜਮਾਉਣ ਦੇ ਲਈ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਹੈ ਕਿ ਇਹ ਇੱਕ ਛੋਟਾ ਜਿਹਾ ਉਹ ਆ ਸ਼ੋਸ਼ੇਬਾਜ਼ੀ ਸ਼ੋਸ਼ਾ ਛੱਡਿਆ ਕਿ ਸ਼ਾਇਦ ਇੱਧਰ ਨੂੰ ਸਾਨੂੰ ਕੋਈ ਉਹ ਮਿਲਦੇ ਸਿੱਖਿਅਤ ਕਰਨਾ ਸੀ ਪਹਿਲਾਂ ਕਰਨਾ ਕਿੰਨੇ ਕੁ ਬੱਚਿਆਂ ਦੀ ਫੀਸ ਭਰ ਲਈ ਗਰੀਬਾਂ ਦੀ ਨਾ ਕਿੰਨੇ ਗਰੀਬ ਲੋਕ ਨੇ ਜਿਹੜੇ ਅੱਜ ਆਪਾਂ ਦੋਸ਼ ਦਿੰਦੇ ਹਾਂ ਸਾਈ ਧਰਮ ਵੱਲ ਜਾ ਰਹੇ ਨੇ ਜੀ ਸਿੱਖ ਗਰੀਬ ਸਿੱਖ ਕੋਈ ਕਹਿੰਦਾ ਜੀ ਚਲੇ ਗਏ ਕੋਈ ਗੱਲ ਨਹੀਂ ਵਿਕ ਕੇ ਉੱਧਰ ਚਲੇ ਗਏ ਰਹਿਣੇ ਉੱਧਰ ਵੀ ਨਹੀਂ ਗੱਲ ਉਹ ਨਹੀਂ ਰਹਿਣੇ ਨਾ ਰਹਿਣ ਕੋਈ ਗੱਲ ਨਹੀਂ ਉਹ ਜਦੋਂ ਚਲੇ ਗਏ ਉਹਨਾਂ ਨਾਲ ਨਾ ਸਿੱਖੀ ਨੂੰ ਵਧਣਾ ਨਾ ਘਟਣਾ ਸਿੱਖੀ ਨੂੰ ਐਡਾ ਕੋਈ ਉਹ ਨਹੀਂ ਹੈ ਨਾ ਸਿੱਖੀ ਉਹਨਾਂ ਕਰਕੇ ਹੈ ਨਾ ਇਹੋ ਜਿਹੇ ਲੋਕਾਂ ਉਹ ਗੱਲ ਉਹ ਨਹੀਂ ਹੈ ਗੱਲ ਹੈਗੀ ਹੈ ਯਾਰ ਉਹ ਦੂਜਾ ਧਰਮ ਆ ਕੇ ਤੁਹਾਡੇ ਲੋਕਾਂ ਨੂੰ ਕੁਛ ਕਰਕੇ ਦਿਖਾ ਰਿਹਾ ਤਾਂ ਹੀ ਜਾ ਰਹੇ ਨੇ ਕੁਛ ਦੇ ਰਿਹਾ ਉਹਨਾਂ ਦੀ ਬਾਂਹ ਫੜ ਰਿਹਾ ਕੁਛ ਨਾ ਕੁਛ ਤਾਂ ਕਰ ਰਿਹਾ ਉਹਨਾਂ ਲਈ ਪਰਿਵਾਰ ਪਾਲਣ ਲਈ ਕੋਈ ਦਿੰਦਾ ਅਗਲਾ ਲਾਲਚ ਦੇ ਰਿਹਾ ਤੁਸੀਂ ਬਾਂਹ ਫੜੀ ਹੁੰਦੀ ਲਾਲਚ ਨਹੀਂ ਕਹਿ ਸਕਦੇ ਆਪਣੇ ਲੋਕਾਂ ਦੀ ਬਾਂਹ ਫੜਨਾ ਲਾਲਚ ਦੇਣਾ ਨਹੀਂ ਹੁੰਦਾ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਗਰੀਬ ਆ ਉਹਨੂੰ ਰੁਜ਼ਗਾਰ ਦਿੱਤਾ ਤੁਸੀਂ ਵੀ ਰੁਜ਼ਗਾਰ ਕਰ ਆ ਜਾ ਕੰਮ ਕਰ ਤੁਸੀਂ ਰੁਜ਼ਗਾਰ ਲਾਉਣ ਦੀ ਕਿਤੇ ਗੱਲ ਕੀਤੀ ਗਰੀਬ ਲੋਕਾਂ ਨੂੰ ਅਸੀਂ ਰੁਜ਼ਗਾਰ ਦੇ ਦਈਏ ਕੰਮ ਕਰਨ ਸਿੱਖੀ ਵੱਲ ਮੁੜਨ ਜੀ ਉਹ ਤੁਸੀਂ ਬਾਅਦ 'ਚ ਕਹਿੰਦੇ ਜੀ ਹਾਂ ਧਰਮ ਬਦਲੀ ਐਂ ਹੋ ਰਿਹਾ ਜੀ ਉਹ ਹੋ ਰਿਹਾ ਉਹ ਗੱਲਾਂ ਉਸੋ ਇੱਦਾਂ ਦੀ ਜਿਹੜੀ ਨੀਤੀ ਗੱਲ ਤਾਂ ਇਹ ਹੈ ਕਿ ਪ੍ਰੈਸ ਕਾਨਫਰੰਸ ਕਰਕੇ ਬਿਆਨ ਦੇ ਦੇਣਾ ਸੌਖੀ ਗੱਲ ਹੈ ਜੀ ਹੁਣ ਆਪਸ ਵਿੱਚ ਤਕਰਾਰਬਾਜ਼ੀ ਚੱਲ ਰਹੀ ਹੈ ਦਿੱਲੀ ਦੀ ਅਤੇ ਸ਼੍ਰੋਮਣੀ ਕਮੇਟੀ ਇੱਧਰ ਅੰਮ੍ਰਿਤਸਰ ਵਾਲਿਆਂ ਦੀ ਉਹਨਾਂ ਨੇ ਵੱਖਰੀ ਕਮੇਟੀ ਬਣਾ ਲਈ ਨਾ ਬਿਲਕੁਲ ਉਹ ਤਕਰਾਰ ਹੈ ਹੁਣ ਪਹਿਲਾਂ ਹਰਿਆਣੇ ਨਾਲ ਸੀ ਹਾਂ ਜੇ ਤੁਸੀਂ ਦਿੱਲੀ ਜਾ ਕੇ ਕਰੋਗੇ ਅਗਲੇ ਉਰੇ ਆ ਸਕਦੇ ਉਹ ਕਿਉਂ ਨਹੀਂ ਆ ਸਕਦੇ ਨਾਲੇ ਮੈਨੂੰ ਐਂ ਦੱਸੋ ਕਿਹੜੇ ਧਰਮ ਪ੍ਰਚਾਰ ਦੀ ਗੱਲ ਕਰਦੇ ਆ ਕਿਤਾਬ 'ਚ ਬਣੇ ਹੋਏ ਨੇ ਛਾਪੇ ਹੋਏ ਨੇ ਕਿੱਥੇ ਕਦੇ ਤੁਹਾਨੂੰ ਕਦੇ ਤੁਹਾਡਾ ਵੀ ਤੁਹਾਡਾ ਏਰੀਆ ਹੋਊਗਾ ਤੁਹਾਡਾ ਆਪਣਾ ਏਰੀਆ ਤੁਹਾਡੇ ਕਦੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈਗਾ ਤੁਹਾਡੇ ਜੀ ਅਤੇ ਕਦੇ ਦੇਖਿਆ ਕਿਤੇ ਵੀ ਕੋਈ ਵੰਡਦਾ ਫਿਰਦਾ ਕਿਤਾਬ ਤੁਹਾਨੂੰ ਮਿਲੀ ਹੈ ਕਦੇ ਘਰਾਂ 'ਚ ਵੀ ਹਾਂ ਫ੍ਰੀ ਆ ਕੇ ਦੇ ਕੇ ਗਿਆ ਕੋਈ ਸਾਡੇ ਤਾਂ ਭਾਜਪਾ ਦੇ ਸ਼ਾਮਿਲ ਹੋ ਗਏ
ਨਹੀਂ ਹੋ ਗਏ ਹੋਣਗੇ ਕਦੇ ਅੱਜ ਤੱਕ ਹੋਇਆ ਕਦੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਿਤਾਬ ਚਾ ਛੋਟਾ ਨਹੀਂ ਤਾਂ ਗੁਰਦੁਆਰਿਆਂ ਚਲੋ ਘਰਾਂ 'ਚ ਕੀ ਦੇਣੇ ਆ ਗੁਰਦੁਆਰਿਆਂ 'ਚ ਤੱਕ ਨਹੀਂ ਪਹੁੰਚਦੇ ਹੈਗੇ ਉਹ ਘਰ ਘਰ ਪਹੁੰਚਾ ਰਹੇ ਨੇ ਹਰੇਕ ਘਰ 'ਚ ਜਾ ਰਹੇ ਨੇ ਪਿੰਡਾਂ 'ਚ ਜਾ ਕੇ ਬੰਦਾ ਰੱਖਣ ਦਾ ਕਿਤਾਬਾਂ ਕਿਤਾਬ 'ਚ ਪੜ੍ਹੇ ਹੋਏ ਨੇ ਕੋਈ ਪੜ੍ਹੇ ਨਾ ਪੜ੍ਹੇ ਹਰੇਕ ਦੇ ਹੱਥ 'ਚ ਕਿਤਾਬ ਦਾ ਫੜਾ ਰਹੇ ਨੇ ਕਦੇ ਸ਼੍ਰੋਮਣੀ ਕਮੇਟੀ ਦਾ ਇੱਦਾਂ ਦਾ ਐਫਰਟ ਦੇਖਿਆ ਮੈਂ ਤਾਂ ਇੱਦਾਂ ਸਿੰਪਲ ਗੱਲ ਕਰਦੇ ਆਪਾਂ ਕਦੇ ਹੋਇਆ ਇੱਦਾਂ ਤਾਂ ਜਿਹੜੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅਧੀਨ ਨੇ ਉੱਥੇ ਵੀ ਨਾ ਮਾਤਰ ਲਿਟਰੇਚਰ ਪਹੁੰਚਦਾ ਜੇਕਰ ਪਹੁੰਚਦਾ ਵੀ ਹੈ ਉਹ ਆਮ ਲੋਕਾਂ ਤੱਕ ਨਹੀਂ ਪਹੁੰਚਦਾ ਉੱਥੇ ਦੀਆਂ ਜਿਹੜੀ ਲਾਇਬ੍ਰੇਰੀਜ਼ ਨੇ ਉਹਨਾਂ 'ਚ ਬੰਦ ਹੋ ਕੇ ਰਹਿ ਜਾਂਦਾ ਉਹ ਲਾਇਬ੍ਰੇਰੀ ਕਿਹਨੇ ਖੋਲ੍ਹੀ ਕੌਣ ਜਾਂਦਾ ਉਹਨਾਂ 'ਚ ਜੀ ਚਲੋ ਖੈਰ ਇਹ ਗੱਲਾਂ ਨੇ ਮਤਲਬ ਐਂ ਕਹਿ ਲਓ ਕਿ ਜੇ ਪ੍ਰੈਸ ਕਾਨਫਰੰਸ ਕਰਨੀ ਹੈ ਨਾ ਐਡਵੋਕੇਟ ਧਾਮੀ ਹੋਰਾਂ ਨੇ ਤਾਂ ਉਹ ਇਹ ਗੱਲ ਕਰਨ ਕਿ ਸਾਡੀ ਨੀਤੀ ਇਹ ਬਣ ਗਈ ਹੁਣ ਅਸੀਂ ਇਸ 'ਤੇ ਕੰਮ ਕਰਨਾ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਇਹਦਾ ਰਿਜ਼ਲਟ ਦਿਖਾਵਾਂਗੇ ਜੀ ਇਹ ਨੀਤੀ ਹੈ ਜਨਤਕ ਕਰਨ ਨੂੰ ਵੀ ਕਿੰਨਾ ਪੈਸਾ ਕਿੱਥੋਂ ਲਿਆਉਣਗੇ ਕਿਵੇਂ ਖਰਚਣਗੇ ਕੀ ਕਰਨਗੇ ਸਿੱਖਿਅਤ ਕਰਨ ਵਾਸਤੇ ਨੌਜਵਾਨਾਂ ਨੂੰ ਉਹ ਦੱਸਣ ਅਤੇ ਉਹਦੇ ਰਿਜ਼ਲਟ ਦਿਖਾਉਣ ਫਿਰ 4 ਮਹੀਨੇ ਜੀ ਗੱਲ ਕਰਦੇ ਨੇ ਕਿ ਸਿੱਖਿਅਤ ਕਰਾਂਗੇ ਜੀ ਧਰਮ ਪ੍ਰਚਾਰ ਕਰਾਂਗੇ ਧਰਮ ਪ੍ਰਚਾਰ ਕਰਨ ਲਈ ਨਾ ਤੁਸੀਂ ਡਾਗੀਆਂ ਨੂੰ ਪੈਸਾ ਦਿੰਦੇ ਹੋ ਨਾ ਢਾਡੀਆਂ ਨੂੰ ਦਿੰਦੇ ਹੋ ਨਾ ਕਵੀਸ਼ਰਾਂ ਨੂੰ ਨਾ ਕਥਾਵਾਚਕਾਂ ਨੂੰ ਕਿਹਨੂੰ ਪੈਸਾ ਦੇ ਕੇ ਤੋਰਦੇ ਹੋ ਤੁਹਾਡੇ ਕੋਲ ਐਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਜਿਹੜੇ ਤੁਹਾਡੇ ਆਪਣੇ ਚੇਲੇ ਚੜ੍ਹਨੇ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਉਹ ਬਾਕੀ ਤੁਸੀਂ ਐਡਹੋਕ ਤੇ ਟੈਂਪਰੇਰੀ ਬਿਲਕੁਲ ਕਿੱਥੋਂ ਧਰਮ ਪ੍ਰਚਾਰ ਕਰਵਾ ਲਉਂਗੇ ਜਿਹਨੂੰ ਰੋਟੀ ਮਿਲਣੀ ਹੈ ਮਸਾਂ ਅਗਲੇ ਨੂੰ ਰੋਟੀ ਮਿਲਣਾ ਅਗਲਾ ਕਹਿੰਦਾ ਮੇਰੀ ਹਾਜ਼ਰੀ ਪਾ ਦੀ ਯਾਰ ਜੇ ਕਿਤੇ ਸਾਰਾ ਕੁਝ ਚੱਲਦਾ ਹੈ ਕਿੱਥੇ ਨਹੀਂ ਚੱਲਦਾ ਜੀ ਬਿਲਕੁਲ ਇਹ ਚੀਜ਼ਾਂ ਨੇ ਸਿਰਫ ਪੈਰ ਜਮਾਉਣ ਵਾਸਤੇ ਇੱਦਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਪਰਮਿੰਦਰ ਜੀ ਅਗਲੀ ਖਬਰ ਕਹਿੰਦੇ ਇਨਕਲਾਬ ਨੂੰ ਵੀ ਪੈਸਿਆਂ ਦੀ ਲੋੜ ਪੈ ਗਈ 1 ਲੱਖ ਰੁਪਏ ਫਿਰ ਰਿਸ਼ਵਤ ਮੰਗ ਲਈ ਆਪਾਂ ਨੇ ਡੇਰਾਬਸੀ ਦੀ ਘਟਨਾ ਇਹ ਜਿਹੜਾ ਅੰਦਰ ਖੂਨ ਦੇ ਅੰਦਰ ਰਚਿਆ ਹੁੰਦਾ ਨਾ ਚੀਜ਼ ਉਹ ਕੱਢਣੀ ਬੜੀ ਔਖੀ ਹੁੰਦੀ ਜੀ ਸਖਤੀ ਤਾਂ ਕਰਨੀ ਪਊਗੀ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਮੰਨਣ ਵਾਲੀ ਹੈ ਆਪਾਂ ਇਹ ਗੱਲ ਨਹੀਂ ਕਰਦੇ ਕਿ ਛੋਟਾ ਵੱਡਾ ਚਾਹੇ ਜਿਹੜਾ ਵੀ ਹੈਗਾ ਜੇ ਕੋਈ ਆਉਂਦਾ ਨਾ ਭ੍ਰਿਸ਼ਟਾਚਾਰ ਦਾ ਕੇਸ ਆਉਂਦਾ ਢੰਗ ਦਿਓ ਉਹ ਤਾਂ ਕਹਿੰਦੇ ਕਿ ਮਾਮਲਾ ਸਿੰਗਲੇ ਤੋਂ ਵੀ ਅੱਗੇ ਵਧਿਆ ਹੋਇਆ ਸਿੰਗਲੇ ਜੀ ਵੀ ਕਹਿੰਦੇ ਸੀਗੇ ਕੋਈ ਆਡੀਓ ਹੈ ਪਰ ਬਾਹਰ ਨਹੀਂ ਆਈ ਇਹ ਤਾਂ ਬਾਹਰ ਵੀ ਆ ਗਈ ਆਡੀਓ ਮੈਂ ਉਹੀ ਗੱਲ ਕਰਦਾ ਜੇ ਪਰੂਫ ਮਿਲਦੇ ਨੇ ਐਵੇਂ ਕਿਸੇ ਨੂੰ ਬਦਨਾਮ ਕਰਨ ਨਾਲੋਂ ਜੇ ਪਰੂਫ ਹੁੰਦੇ ਨੇ ਤਾਂ ਮੇਰੇ ਖਿਆਲ ਨਾਲ ਉਸ ਸਜ਼ਾ ਦਾ ਭਾਗ ਥਾਣਾ ਮੁਖੀ ਦੀ ਫਿਰ ਬਦਲੀ ਵੀ ਕਹਿੰਦੇ ਕੀਤੀ ਗਈ ਉਹ ਉਹਨਾਂ ਨੇ ਕਰਤੀ ਅਗਲੇ ਨੇ ਉਹਨੇ ਜਵਾਬ ਦਿੱਤਾ ਕਿ ਮੈਂ ਨਹੀਂ ਦੇ ਸਕਦਾ ਥਾਣੇ ਤੋਂ ਮੰਗ ਰਹੇ ਮਹੀਨਾ ਇੱਕ ਗੱਲ ਇੱਥੇ ਇੱਕ ਹੋਰ ਮੋਹਰ ਲੱਗਦੀ ਹੈ ਨਾ ਇਹਦਾ ਮਤਲਬ ਮਹੀਨਾ ਜਾਂਦਾ ਸੀ ਪਹਿਲਾਂ ਵੀ ਇਹ ਪੁਰਾਣੇ ਹੀ ਖੁੰਡ ਨੇ ਇਹਨਾਂ ਨੂੰ ਪਤਾ ਹੈ ਜੀ ਮਹੀਨੇ ਦਾ ਸਾਰੇ MLA ਮੈਂ ਫੇਰ ਉਹੀ ਗੱਲ ਕਰਦਾ ਪੋਲੀਟੀਕਲ ਬੰਦਿਆਂ ਦੀ ਜਾਇਦਾਦਾਂ ਕਿਵੇਂ ਬਣਦੀਆਂ ਨੇ ਜੀ ਇਹਨਾਂ ਦੇ ਵਿੱਚੋਂ ਜਿਹੜੇ ਕਰਪਟ ਨੇ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਕਰੋੜਾਂ ਰੁਪਏ ਖਰਚ ਕੇ ਚੋਣਾਂ ਲੜਨਗੇ ਇਹਨਾਂ ਦੇ ਵਿੱਚੋਂ ਹੀ ਹੋਣਗੇ ਇਸ ਪਾਰਟੀ 'ਚੋਂ ਵੀ ਉਹ ਫਸ ਗਿਆ ਬੰਦਾ ਉਹਦੇ ਕਰਕੇ ਹੁਣ ਨਾਮ ਆ ਗਿਆ ਤਾਂ ਸਾਹਮਣੇ ਨਹੀਂ ਤਾਂ ਜਿਹੜੇ ਜਿਨ੍ਹਾਂ ਨੇ ਕੀਤਾ ਜਾਂ ਜਿਹੜੇ ਕਰਨਗੇ ਅੱਗੇ ਉਹ ਜੇ ਤਾਂ ਇੱਦਾਂ ਨਾਮ ਨਾ ਆਏ ਬਾਹਰ ਪਰੂਫ ਨਾ ਮਿਲੇ ਉਹਨਾਂ ਨੇ ਕਰ ਦੇਣਾ ਉਹਨਾਂ ਨੇ ਕਰੋੜਾਂ ਅਰਬਾਂ ਰੁਪਇਆ ਕਮਾ ਲੈਣਾ ਉਹਨਾਂ ਨੇ ਫਿਰ ਚੋਣਾਂ ਲੜਨੀਆਂ ਨੇ ਅੱਗੇ ਜਾ ਕੇ ਖਰਚੇ ਕਰਨੇ ਨੇ ਖੁੱਲ੍ਹੇ ਖਰਚੇ ਕਰਨੇ ਨੇ ਉਹ ਇਹਨਾਂ ਦੇ ਵਿੱਚੋਂ ਹੀ ਹੋਣਗੇ ਇਸ ਪਾਰਟੀ ਦੇ ਵਿੱਚੋਂ ਹੀ ਹੋਣਗੇ ਜੀ ਬਿਲਕੁਲ ਸਰਕਾਰ ਨੂੰ ਸਖਤੀ ਕਰਨੀ ਬਣਦੀ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿਉਂਕਿ ਸਰਕਾਰ ਤਾਂ ਖੜੀ ਉਸ ਗੱਲ ਉੱਤੇ ਹੈ ਕਿ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਜਿਹੜੇ ਅਨਸਰ ਨੇ ਉਹਨਾਂ ਸਮਾਜ ਦੇ ਵਿੱਚੋਂ ਸਰਕਾਰ ਦੇ ਵਿੱਚੋਂ ਖਤਮ ਕਰਨਾ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਅੱਜ ਦੀਆਂ ਮੁੱਖ ਖਬਰਾਂ ਤੇ ਵਿਚਾਰ ਚਰਚਾ ਕੀਤੀ ਤੁਸੀਂ ਆਪਣੀ ਫੀਡਬੈਕ ਕਮੈਂਟ ਦੇ ਵਿੱਚ ਕਮੈਂਟ ਰੂਪ ਦੇ ਵਿੱਚ ਜ਼ਰੂਰ ਭੇਜੋ ਅਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਣ ਚੈਨਲ ਪੰਜਾਬੀ 'ਤੇ ਧੰਨਵਾਦ